ਡਰੋਨ ਜਿਹੜਾ ਕੀ ਹੈ ਉਹ ਇੱਧਰ ਨੂੰ ਭੇਜਿਆ ਗਿਆ ਤੇ ਉਹ ਦੇਖੋ ਡਰੋਨ ਨੇ ਬੰਬ ਜਿਹੜੇ ਸਿੱਟੇ ਨੇ ਥੱਲੇ, ਪਤੰਗ ਕੱਟ ਦਿੱਤੀ ਹੈ ਡਰੋਨ ਨੇ, ਪਤੰਗ ਕੱਟਣ ਦੀ ਕੋਸ਼ਿਸ਼ ਕੀਤੀ ਹੈ। ਤਸਵੀਰ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੀ ਪਤੰਗ ਤੇ ਫੌਜ ਦੇ ਪ੍ਰਸ਼ਾਸਨ ਦੇ ਡਰੋਨ ਦੇ ਵਿੱਚ ਪੇਚਾ ਪਿਆ, ਜਿਵੇਂ ਕਿ ਸਰਕਾਰ ਦੇ ਨਾਲ ਕਿਸਾਨਾਂ ਦਾ ਪਿਆ। ਤਸਵੀਰ ਤੁਹਾਡੇ ਸਾਹਮਣੇ ਹੈ, ਦੇਖੋ ਭਾਜੜਾ ਪੈ ਰਹੀ ਹੈ। ਤੁਸੀਂ ਪਤੰਗ ਕਿਵੇਂ ਉਡਾ ਰਹੇ ਹੋ, ਕੀ ਚੱਕਰ ਹੈ? ਜਿੰਨੇ ਮਰਜ਼ੀ ਗੋਲੇ ਸਿੱਟ ਲੈਣ, ਪਸੰਦ ਪੰਜਵੀਂ ਅਸੀਂ ਉਰੇ ਬਣਾਉਣੀ ਹੈ ਬਾਰਡਰ ਤੇ। ਚੱਲਦੀ ਗੋਲੀਬਾਰੀ ਚ ਹੰਝੂ ਗੈਸ ਦੇ ਗੋਲੇ ਮਾਰੇ ਜਾ ਰਹੇ ਹੋ, ਚੱਲਦੀ ਗੋਲੀਬਾਰੀ ਚ ਬਾਈ ਪਤੰਗ ਉਡਾਈ ਜਾਂਦਾ, ਕਹਿੰਦਾ ਮੋਰਚੇ ਚ ਹੀ ਬਸੰਤ ਤਾਂ ਮਨਾਵਾਂਗੇ, ਐਂ ਚੱਲੂਗੀ। ਅਸੀਂ ਖੱਚਰ ਤੇ ਮੋਦੀ ਨੂੰ ਸੁਨੇਹਾ ਦਿੰਦੇ ਆ, ਪਰ ਤੇਰੀ ਹਿੱਕ ਤੇ ਦੀਵਾ ਬਾਲ ਨਹੀਂ ਬਾਲ ਲੈ, ਨਾ ਗਲਤ ਲੈ ਗਏ ਖੱਚਰ ਕੇ ਖੱਚਰ ਨਹੀਂ, ਅਸੀਂ ਖੱਚਰ ਕਹਿੰਦੇ ਇਹਨੂੰ, ਖੱਚਰ ਹੈ ਖੱਚਰ, ਖੱਚਰ ਦੀ ਹਿੱਕ ਤੇ ਦੀਵਾ ਬਾਲ ਲੈ, ਉਹ ਤੋਂ ਬਾਅਦ ਮੋਦੀ ਦੀ ਹਿੱਕ ਤੇ ਦੀਵਾ ਬਾਲ ਲੈ। ਤਾਂ ਜਿੱਥੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਉੱਥੇ ਪਤੰਗਾਂ ਵੀ ਉਡਾਈਆਂ ਜਾ ਰਹੀਆਂ ਨੇ, ਤੇ ਨਾਲ ਹੀ ਵਿੱਚ ਜਿਹੜਾ ਕੀ ਹੈ ਹੰਝੂ ਗੈਸ ਦੇ ਗੋਲੇ ਵੀ ਸਿੱਟੇ ਜਾ ਰਹੇ ਨੇ। ਤਸਵੀਰ ਤੁਸੀਂ ਦੇਖ ਸਕਦੇ ਹੋ, ਬਾਈ ਨਾਲ ਗੱਲ ਵੀ ਕਰਾਂਗੇ ਕਿ ਪਤੰਗ ਉਡਾ ਕੇ ਕੀ ਸੁਨੇਹਾ ਦੇਣਾ ਚਾਹ ਰਹੇ ਆ। ਬਾਈ ਦੇਖੋ ਭਾਜੜਾ ਪੈ ਰਹੀ ਹੈ, ਤੁਸੀਂ ਪਤੰਗ ਕਿਵੇਂ ਉਡਾ ਰਹੇ ਹੋ, ਕੀ ਚੱਕਰ ਹੈ? ਬਸੰਤ ਪੰਚਮੀ ਮਨਾ ਰਹੇ, ਬਸੰਤ ਪੰਚਮੀ ਅੰਦੋਲਨ ਵਾਲੀ ਥਾਂ ਤੇ ਬਸੰਤ ਪੰਚਮੀ ਮਨਾ ਰਹੇ ਆ, ਗੋਲੀਬਾਰੀ ਕੀਤੀ ਗਈ ਆ ਖਦੇੜਨ ਵਾਸਤੇ। ਇਹ ਮੋਦੀ ਸਰਕਾਰ ਵਤੀਰਾ ਕਰ ਰਹੀ ਹੈ ਸਾਡੇ ਨਾਲ, ਕਿਸਾਨਾਂ ਨਾਲ। ਪਰ ਅਸੀਂ ਜਿੰਨੇ ਮਰਜ਼ੀ ਗੋਲੇ ਸਿੱਟ ਲੈਣ, ਬਸੰਤ ਪੰਚਮੀ ਅਸੀਂ ਉਰੇ ਬਣਾਉਣੀ ਹੈ ਬਾਰਡਰ ਤੇ। ਚੱਲਦੀ ਗੋਲੀਬਾਰੀ ਚ ਹੰਝੂ ਗੈਸ ਦੇ ਗੋਲੇ ਮਾਰੇ ਜਾ ਰਹੇ ਹੋ, ਚੱਲਦੀ ਗੋਲੀਬਾਰੀ ਚ ਬਾਈ ਪਤੰਗ ਉਡਾਈ ਜਾਂਦਾ, ਕਹਿੰਦਾ ਮੋਰਚੇ ਚ ਹੀ ਬਸੰਤ ਤਾਂ ਮਨਾਵਾਂਗੇ, ਐਂ ਚੱਲੂਗੀ। ਬਸੰਤ ਪੰਚਮੀ ਉਰੇ ਮਨਾਉਣੀ ਆ ਅਸੀਂ, ਜੇ ਸਾਨੂੰ ਇੱਕ ਸਾਲ ਮਨਾਉਣੀ ਪੈ ਜਾਵੇ ਤਾਂ ਵੀ ਉਰੇ ਮਨਾਵਾਂਗੇ। ਆਏ ਕਿੱਥੋਂ ਬਾਈ, ਪਿੰਡ ਕਿਹੜਾ ਤੁਹਾਡਾ? ਆਪਣਾ ਸਾਹਿਬ ਖੇੜੀ ਹੈ ਜੀ, ਰਾਜਪੁਰੇ ਤੋਂ। ਇਹ ਤੁਹਾਡਾ ਹੀ ਆਈਡੀਆ ਸੀ ਕਿ ਪਤੰਗ ਲੈ ਕੇ ਆਏ ਸੀ ਕਿ ਇੱਥੇ ਆ ਕੇ ਕੋਈ ਵਿਆਹ ਆਈ? ਲੈ ਕੇ ਆਏ ਜੀ, ਲੈ ਕੇ ਆਏ, ਲੈ ਕੇ। ਜੇ ਬਸੰਤ ਪੰਚਮੀ ਮਨਾਉਣੀ ਹੈ ਤਾਂ ਲੈ ਕੇ ਆਏ, ਆਪਾਂ ਕਿਸੇ ਤੋਂ ਮੰਗ ਕੇ ਥੋੜੀ ਗਾਏ। ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ ਵੀ ਅਸੀਂ ਤਾਂ ਦੇਖ ਸਕਦੇ ਹੋ ਤੁਸੀਂ, ਕੋਈ ਕੁਛ ਨੀ, ਕਿਸੇ ਦਾ ਡਰ ਨੀ, ਡਰ ਨੀ, ਉਹ ਤੁਹਾਡੇ ਸਾਹਮਣੇ ਚੱਲ ਰਿਹਾ ਸਾਰਾ ਕੁਛ, ਕੋਈ ਡਰ ਨੀ ਹੈ। ਜਿੰਨੇ ਮਰਜ਼ੀ ਗੋਲੇ ਸਿੱਟਣ, ਜੋ ਮਰਜ਼ੀ ਕਰਨ, ਪਰਵਾਹ ਨੀ ਕਰਨੀ ਕਿਸੇ ਚੀਜ਼ ਦੀ। ਅਸੀਂ ਖੱਚਰ ਤੇ ਮੋਦੀ ਨੂੰ ਸੁਨੇਹਾ ਦਿੰਦੇ ਆ, ਪਰ ਤੇਰੀ ਹਿੱਕ ਤੇ ਦੀਵਾ ਬਾਲ ਨਹੀਂ ਬਾਲ ਲੈ, ਨਾ ਗਲਤ ਲੈ ਗਏ ਖੱਚਰ ਕੇ ਖੱਚਰ, ਨਹੀਂ ਅਸੀਂ ਖੱਚਰ ਕਹਿੰਦੇ ਇਹਨੂੰ, ਖੱਚਰ ਹੈ ਖੱਚਰ, ਖੱਚਰ ਦੀ ਹਿੱਕ ਤੇ ਦੀਵਾ ਬਾਲ ਲੈ, ਉਹ ਤੋਂ ਬਾਅਦ ਮੋਦੀ ਦੀ ਹਿੱਕ ਤੇ ਦੀਵਾ ਬਾਲ ਲੈ। ਤਾਂ ਤਸਵੀਰ ਤੁਹਾਡੇ ਸਾਹਮਣੇ ਹੈ, ਬਾਈ ਕਹਿੰਦੇ ਕਿ ਅਸੀਂ ਮੋਦੀ ਦੀ ਤੇ ਖੱਟਰ ਦੀ ਹਿੱਕ ਤੇ ਦੀਵਾ ਬਾਲਣਾ ਹੀ ਬਾਲਣਾ, ਇਸ ਤਰੀਕੇ ਸੁਨੇਹਾ ਦਿੱਤਾ ਉਹਨਾਂ ਨੇ। ਚੜ੍ਹਦੀ ਕਲਾ ਦਾ ਪਤੰਗ ਉਡਾਈ ਜਾਂਦੇ ਆ, ਦੂਜੇ ਪਾਸੋਂ ਜਿਹੜਾ ਕੀ ਆ ਬੰਬਵਾਰੀ ਜਾਰੀ ਆ। ਤਸਵੀਰ ਤੁਹਾਡੇ ਸਾਹਮਣੇ ਆ ਸਕਰੀਨ ਦੇ ਉੱਤੇ ਹੈ ਕਿ ਚੱਲਦੀ ਇੰਟਰਵਿਊ ਦੇ ਵਿੱਚ ਜਿਹੜਾ ਕੀ ਆ ਬੰਬਵਾਰੀ ਹੋਈ, ਤਸਵੀਰਾਂ ਤੁਸੀਂ ਦੇਖੀਆਂ, ਪਰ ਖਦੇੜਨ ਦੀ ਕੋਸ਼ਿਸ਼ ਹੈ, ਪਰ ਦੂਜੇ ਪਾਸੋਂ ਚੜ੍ਹਦੀ ਕਲਾ ਦਾ ਸੁਨੇਹਾ ਦੇ ਰਹੇ ਨੇ। ਨੌਜਵਾਨ ਕਹਿੰਦੇ ਵੀ ਅਸੀਂ ਬਸੰਤ ਪੰਚਮੀ ਇੱਥੇ ਹੀ ਮਨਾਵਾਂਗੇ, ਪਤੰਗਾਂ ਵੀ ਉਡਾਵਾਂਗੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਤੁਹਾਡੇ ਬੰਬਾਂ ਦੇ ਨਾਲ ਤਾਂ ਸਾਨੂੰ ਕੋਈ ਡਰ ਹੀ ਨਹੀਂ, ਅਸੀਂ ਤਾਂ ਇੱਥੇ ਆਮ ਪਤੰਗਬਾਜ਼ੀ ਵੀ ਕਰ ਰਹੇ ਹਾਂ। ਤਸਵੀਰਾਂ ਲਾਈਵ ਕਿਸਾਨ ਅੰਦੋਲਨ ਤੋਂ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਹੈ ਕਿ ਇਸ ਤਰੀਕੇ ਖੇਤਾਂ ਦੇ ਵਿੱਚ ਵੀ ਹੁਣ ਜਿਹੜਾ ਕੀ ਹੈ ਬੰਬਵਾਰੀ ਕੀਤੀ ਜਾ ਰਹੀ ਹੈ।
ਤੇ ਨੌਜਵਾਨ ਜਿਹੜਾ ਕੀ ਹੈ ਪੂਰੇ ਇਸ ਵੇਲੇ ਰੋਹ ਦੇ ਵਿੱਚ ਨੇ। ਤਾਂ ਤਸਵੀਰ ਤੁਹਾਡੇ ਸਾਹਮਣੇ ਹੈ, ਖੇਤ ਜਿਹੜਾ ਕੀ ਆ ਇੱਕ ਪਾਸੇ ਤਾਂ ਉੱਪਰ ਪੁਲ ਦੇ ਉੱਪਰ ਜਿੱਥੇ ਬੈਰੀਕੇਡਿੰਗ ਲੱਗੀ ਆ ਉੱਥੇ ਸੰਘਰਸ਼ ਚੱਲ ਰਿਹਾ, ਇੱਕ ਪਾਸੇ ਥੱਲੇ ਦੇਖ ਸਕਦੇ ਹੋ ਤੁਸੀਂ ਇੱਥੇ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ ਕਿਉਂਕਿ ਸਿੱਧੀ ਸਿੱਧੀ ਟੱਕਰ ਹੋ ਰਹੀ ਹੈ, ਲਗਾਤਾਰ ਬੰਬਬਾਰੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਬੰਬਬਾਰੀ ਰੁਕੀ ਨਹੀਂ, ਹਾਲਾਂਕਿ ਕਿਸਾਨ ਆਗੂਆਂ ਦੇ ਨਾਲ ਵਾਅਦਾ ਕੀਤਾ ਸੀ ਉਹਨਾਂ ਨੇ ਕਿ ਸ਼ਾਮ ਤੱਕ ਬੈਠਕ ਹੋਏਗੀ ਉਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਕਿਸਾਨ ਤਾਂ ਟਲ ਗਏ ਪਰ ਉਹਨਾਂ ਵੱਲੋਂ ਫਿਰ ਵੀ ਬੰਬਬਾਰੀ ਕਰਕੇ ਉਕਸਾਇਆ ਜ਼ਰੂਰ ਜਾ ਰਿਹਾ, ਤਾਂ ਇਸ ਦਾ ਮਤਲਬ ਇਹ ਹੈ ਕਿ ਜਲਦ ਹੀ ਕੋਈ ਐਕਸ਼ਨ ਵੀ ਹੋ ਸਕਦਾ। ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਮਜ਼ਲ ਦੇ ਨਾਲ ਜਿਹੜਾ ਕੀ ਹੈ ਲਗਾਤਾਰ ਉਹਨਾਂ ਵੱਲੋਂ ਹੰਝੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤੇ ਨੌਜਵਾਨ ਬਜ਼ੁਰਗ ਸਾਰੇ ਹੀ ਇੱਥੇ ਸੰਘਰਸ਼ ਦੇ ਵਿੱਚ ਡਟੇ ਹੋਏ ਨੇ। ਦੇਖ ਸਕਦੇ ਹੋ ਤੁਸੀਂ ਹਾਲਾਤ ਇੱਦਾਂ ਨੇ, ਇੱਕ ਤਰੀਕੇ ਜੰਗ ਦਾ ਮਾਹੌਲ ਬਣਾ ਦਿੱਤਾ ਆਪਣੇ ਹੀ ਕਿਸਾਨਾਂ ਦੇ ਖਿਲਾਫ। ਤਾਂ ਇਹ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਦੀ ਬੰਬਬਾਰੀ ਹੋ ਰਹੀ ਆ, ਬਿਲਕੁਲ ਸਾਡੇ ਕੈਮਰੇ ਦੇ ਕੋਲ ਹੀ ਇਹ ਬੰਬ ਫਟਿਆ, ਤੁਹਾਨੂੰ ਆਵਾਜ਼ ਵੀ ਜ਼ਰੂਰ ਜ਼ਾਹਿਰ ਤੌਰ ਤੇ ਇਸ ਦੇ ਵਿੱਚ ਆਈ ਹੋਊਗੀ। ਤਾਂ ਲਗਾਤਾਰ ਸੰਘਰਸ਼ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਹੋ ਤੁਸੀਂ ਬਹੁਤਿਆਂ ਨੇ ਕੱਪੜੇ ਗਿੱਲੇ ਕਰਕੇ, ਜਿਵੇਂ ਅਸੀਂ ਆਹ ਪਾਇਆ ਕੱਪੜਾ ਗਿੱਲਾ ਕਰਕੇ, ਇਸ ਦੇ ਨਾਲ ਜਿਹੜਾ ਕੀ ਆ ਅੱਖਾਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਆ। ਉਹ ਤਸਵੀਰ ਆ ਪੁਲ ਦੇ ਉੱਪਰ ਦੀ, ਉੱਥੋਂ ਦੀ ਫਾਇਰਿੰਗ ਕੀਤੀ ਜਾ ਰਹੀ ਹੈ ਨੌਜਵਾਨਾਂ ਦੇ ਵੱਲੋਂ। ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ ਦੇ ਮਨਾਂ ਦੇ ਵਿੱਚ ਵਹਿਮ ਆ ਭਾਵੇਂ ਉਹ ਸਰਕਾਰੀ ਹੋਣ ਜਾਂ ਕੋਈ ਹੋਰ ਹੋਣ ਪਿੰਡਾਂ ਦੇ ਵਿੱਚ ਬੈਠੇ, ਤਾਂ ਇਕੱਠ ਦੇਖ ਲਓ, ਇਕੱਠ ਤਾਂ ਪਹਿਲੀ ਵਾਰ ਦੇ ਇਕੱਠ ਨੂੰ ਵੀ ਟੱਕਰ ਦੇ ਰਿਹਾ। ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਚੁੱਕੇ ਨੇ ਪਹਿਲੇ ਅੰਦੋਲਨ ਦੇ ਨਾਲੋਂ ਵੀ ਤਗੜਾ। ਇਹ ਕਿਸਾਨੀ ਅੰਦੋਲਨ ਇਸ ਵਾਰ ਲੱਗ ਚੁੱਕਿਆ ਤੇ ਸਰਕਾਰ ਨੂੰ ਜਿਹੜੀ ਇਹ ਭਾਜੀ ਚਾੜੀ ਹੋਈ ਹੈ, ਜਿਹੜੀ ਸਰਕਾਰ ਨੇ ਇਹ ਜਿਹੜਾ ਕੰਮ ਕੀਤਾ, ਜਿਸ ਤਰੀਕੇ ਹਿੰਸਾ ਪੂਰਵਕ ਜਿਹੜੇ ਹਮਲੇ ਕੀਤੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ, ਦੇਖੋ ਛੱਲ ਡਿੱਗਿਆ। ਤਾਂ ਇਹ ਤਸਵੀਰ ਆ, ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਡਰੋਨ ਜਿਹੜਾ ਕੀ ਹੈ ਉਹ ਇੱਧਰ ਨੂੰ ਭੇਜਿਆ ਗਿਆ ਤੇ ਉਹ ਦੇਖੋ ਡਰੋਨ ਨੇ ਬੰਬ ਜਿਹੜੇ ਸਿੱਟੇ ਨੇ ਥੱਲੇ, ਤੇ ਜਿਸ ਦੇ ਨਾਲ ਕੀ ਹੁਣ ਇੱਥੇ ਕਿਸਾਨਾਂ ਨੂੰ, ਨੌਜਵਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਹੋ ਰਹੀ ਆ। ਇਹ ਡਰੋਨ ਇੱਕ ਪਾਸੇ ਕਿਸਾਨਾਂ ਦੀ ਪਤੰਗ ਉੱਡ ਰਹੀ ਹੈ, ਇੱਕ ਪਾਸੇ ਡਰੋਨ ਉੱਡ ਰਿਹਾ। ਇਹ ਤਸਵੀਰ ਜ਼ਰੂਰ ਕੈਪਚਰ ਕੀਤੀ ਜਾਵੇ ਕੈਮਰੇ ਦੇ ਵਿੱਚ। ਤਸਵੀਰ ਤੁਸੀਂ ਦੇਖ ਰਹੇ ਹੋ, ਡਰੋਨ ਵਾਪਸ ਜਾਂਦਾ ਹੋਇਆ ਤੇ ਲੋਕ ਰੌਲਾ ਪਾਉਂਦੇ ਹੋਏ ਡਰੋਨ ਜਿਹੜਾ ਕੀ ਆਇਆ ਸੀ ਉਹ ਪਤੰਗ ਕੱਟ ਦਿੱਤੀ ਹੈ। ਡਰੋਨ ਨੇ ਪਤੰਗ ਕੱਟਣ ਦੀ ਕੋਸ਼ਿਸ਼ ਕੀਤੀ ਹੈ, ਤਸਵੀਰ ਤੁਸੀਂ ਦੇਖ ਰਹੇ ਹੋ। ਤਾਂ ਉੱਧਰ ਕਿਸਾਨਾਂ ਦੀ ਪਤੰਗ ਹੈ, ਕਿਸਾਨਾਂ ਦੀ ਪਤੰਗ ਤੇ ਫੌਜ ਦੇ ਪ੍ਰਸ਼ਾਸਨ ਦੇ ਡਰੋਨ ਦੇ ਵਿੱਚ ਪੇਚਾ ਪਿਆ, ਜਿਵੇਂ ਕਿ ਸਰਕਾਰ ਦੇ ਨਾਲ ਕਿਸਾਨਾਂ ਦਾ ਪਿਆ, ਤਸਵੀਰ ਤੁਹਾਡੇ ਸਾਹਮਣੇ ਹੈ। ਤਾਂ ਲਗਾਤਾਰ ਡਟੇ ਹੋਏ ਨੇ ਨੌਜਵਾਨ, ਇਹ ਵੀ ਵਿਲੱਖਣ ਤਸਵੀਰਾਂ ਨੇ, ਬਹੁਤ ਵਿਲੱਖਣ ਤੇ ਜਜ਼ਬੇ ਵਾਲੀਆਂ ਤਸਵੀਰਾਂ। ਸ਼ਾਇਦ ਹੀ ਤੁਹਾਨੂੰ ਅਜਿਹੀਆਂ ਤਸਵੀਰਾਂ ਕਦੇ ਜ਼ਿੰਦਗੀ ਦੇ ਵਿੱਚ ਵੇਖਣ ਨੂੰ ਮਿਲਣ, ਜਦੋਂ ਲੋਕਾਂ ਦਾ ਰੋਹ ਇਸ ਤਰੀਕੇ ਦਾ ਹੋ ਜਾਂਦਾ ਕਿ ਸਰਕਾਰ ਨੂੰ ਉਸ ਦਾ ਖਾਮਿਆਜ਼ਾ ਭੁਗਤਣਾ ਪੈਂਦਾ। ਇਹ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਹੈ, ਦੇਖ ਸਕਦੇ ਹੋ ਉੱਪਰ ਵੀ ਪੁਲ ਦੇ ਲਗਾਤਾਰ ਬੰਬਬਾਰੀ ਜਾਰੀ ਹੈ। ਤਾਂ ਇੰਨਾ ਸਾਰਾ ਅਸਲਾ, ਇੰਨਾ ਤਾਮ ਜਾਮ ਵਰਤਿਆ ਜਾ ਰਿਹਾ, ਜਦਕਿ ਸਰਕਾਰ ਇਹ ਵੀ ਤਾਂ ਸਮਝੇ ਕਿ ਆਮ ਘਰਾਂ ਦੇ ਪੋਤੀ ਨੇ, ਇਹ ਕੋਈ ਟ੍ਰੇਨਡ ਅੱਤਵਾਦੀ ਨਹੀਂ ਜਿਨ੍ਹਾਂ ਦੇ ਉੱਤੇ ਇਸ ਤਰੀਕੇ ਦਾ ਅਸਲਾ ਵਰਤਿਆ ਜਾਵੇ। ਤਾਂ ਤਸਵੀਰ ਤੁਸੀਂ ਦੇਖ ਰਹੇ ਹੋ, ਡਰੋਨ ਵੱਲੋਂ ਬੰਬਬਾਰੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਉੱਪਰ। ਉਹ ਪਤੰਗ ਵੀ ਜਿਹੜਾ ਕੀ ਹੈ ਦੇਖ ਸਕਦੇ ਤੁਸੀਂ ਕਿ ਹੇਠਾਂ ਕਿਸਾਨ ਖੜੇ ਨੇ, ਉੱਪਰੋਂ ਜਿਹੜਾ ਕੀ ਹੈ ਬੰਬਬਾਰੀ ਡਰੋਨ ਦੇ ਰਾਹੀਂ ਕੀਤੀ ਜਾ ਰਹੀ ਹੈ, ਸਿਰਾਂ ਦੇ ਉੱਪਰ ਬੰਬ ਸਿੱਟੇ ਜਾ ਰਹੇ ਨੇ ਹੰਝੂ ਗੈਸ ਦੇ। ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਹੈ, ਦੂਜੇ ਪਾਸਿਓਂ ਵੀ ਬੰਬਬਾਰੀ ਹੋ ਰਹੀ ਹੈ।